ਦੋਸਤੋ, ਰਿਪੋਰਟਰ ਪਾਡਾ ਜਿਹਦੀ ਕਿ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਆ, ਜਿਸ ਦੇ ਵਿੱਚ ਉਹ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਨੂੰ ਕਹਿ ਰਹੇ ਨੇ ਵੀ ਤੁਸੀਂ ਕਾਂਗਰਸ ਪਾਰਟੀ ਨੂੰ ਛੱਡ ਕੇ ਕੋਈ ਆਪਣੀ ਅਲੱਗ ਪਾਰਟੀ ਬਣਾ ਲਵੋ। ਜੀ ਹਾਂ ਦੋਸਤੋ, ਇਸ ਦੇ ਬਾਰੇ ਤੁਸੀਂ ਆਪਣੇ ਵਿਚਾਰ ਕੀ ਕਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੇ ਕਰਨਾ। ਬਾਕੀ ਪਾਡਾ ਦੀ ਉਸ ਆਡੀਓ ਕਲਿੱਪ ਦੇ ਵੱਲ ਤੁਹਾਨੂੰ ਲੈ ਚੱਲਦੇ ਹਾਂ, ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ। ਮੈਂ ਬਲਕੌਰ ਸਾਹਿਬ ਨੂੰ ਬੇਨਤੀ ਕਰਾਂਗਾ, ਤੂੰ ਯੋਧਾ, ਤੈਨੂੰ ਬੜਾ ਪਿਆਰ ਕਰਦੇ ਸੀ, ਆਹ ਕਾਂਗਰਸ ਦਾ ਲੜ ਛੱਡ ਦੇ ਪਲੀਜ਼। ਕਾਂਗਰਸ ਛੱਡ ਦੇ, ਤੇਰੇ ਮੁੰਡੇ ਨੂੰ ਵੀ ਵੋਟਾਂ ਤਾਂ ਨਹੀਂ ਸੀ ਲੋਕਾਂ ਨੇ ਪਾਈਆਂ, ਕਿਉਂਕਿ ਕਿਤੇ ਨਾ ਕਿਤੇ ਮੁੱਦਾ ਬਣਦਾ ਕਾਂਗਰਸ ਜਿਹੜੀ ਆਪਾਂ ਵਾਈਪ ਆਊਟ ਹੀ ਕਰਨੀਆਂ, ਕਿਉਂਕਿ ਪੰਜਾਬ 'ਚ ਇਹਨੇ ਸਾਡਾ ਘਾਣ ਬੜਾ ਕੀਤਾ। ਤੁਸੀਂ ਆਪਣੀ ਖੇਤਰੀ ਪਾਰਟੀ ਬਣਾਓ, ਤੇਰੇ ਕੋਲ ਲੱਖਾ ਹੈਗਾ, ਤੇਰੇ ਕੋਲ ਭਾਨਾ ਹੈਗਾ, ਖੁਦ ਤੂੰ ਹੈਗਾ, ਤੇ ਨਾਲ ਤੁਹਾਡੇ ਕੋਲ ਸੁਖਪਾਲ ਸਿੰਘ ਖਹਿਰਾ, ਬੀਬੀ ਖਾਲੜਾ ਹੈਗੇ ਆ, ਬਾਕੀ ਸਤਵੰਤ ਸਿੰਘ ਬੈਂਸ ਸਿੰਘ ਦਾ ਇੱਕ ਪਰਿਵਾਰ ਖਤਮ ਹੀ ਆ, ਇੱਕ ਦੇ ਵਿੱਚ ਕੋਈ ਉਹਨਾਂ ਦੇ ਆਸੇ ਪਾਸੇ ਕੋਈ ਭਤੀਜਾ ਹੋਵੇਗਾ, ਆ ਜਾਂ ਜਿੰਨੇ ਆਪਣੇ ਜਿਹੜੇ ਯੋਧੇ ਸ਼ਹੀਦ ਹੋਏ ਨੇ ਸਤਵੰਤ ਸਿੰਘ ਬੈਂਸ ਸਿੰਘ ਦੇ ਪਰਿਵਾਰ ਕੱਢ ਲਓ, ਜਾਂ ਬਾਅਦ 84 'ਚ ਹੋਏ ਨੇ ਸੰਤਾਂ ਦੇ ਆਸੇ ਪਾਸੇ ਪਰਿਵਾਰ ਦੇ ਵਿੱਚ ਹੋਣਗੇ। ਸੋ ਆਪਾਂ ਇਹਨਾਂ ਨੂੰ 117 ਬੰਦੇ ਪੈਦਾ ਕਰਕੇ ਇੱਕ ਵਾਰ ਨਾ ਜਿੱਤੋਗੇ ਤੁਸੀਂ ਦੁਬਾਰਾ ਜਿੱਤੋਗੇ, ਪਰ ਕਾਂਗਰਸ ਦਾ ਲੜ ਛੱਡ ਦਿਓ, ਤੁਸੀਂ ਆਪਣੀ ਖੇਤਰੀ ਪਾਰਟੀ ਜਿਹੜੀ ਆ ਉਹ ਲੈ ਕੇ ਆਓ, ਤੇ ਤੁਹਾਨੂੰ ਲੋਕਾਂ ਨੇ ਪਿਆਰ ਵੀ ਕਰਨਾ, ਤੇ ਨਾਲੇ ਬਲਕੌਰ ਸਾਹਿਬ ਤੂੰ ਮੁੱਖ ਮੰਤਰੀ ਬਣਨ ਦਾ ਕਾਬਿਲ ਬੰਦਾ ਹੈਗਾ, ਕਿਉਂਕਿ ਤੇਰੀ ਕਿਤੇ ਨਾ ਕਿਤੇ ਪਾਪੂਲੈਰਿਟੀ ਆ। ਨੰਬਰ 2, ਤੂੰ ਉਸ ਇਲਾਕੇ ਵਿੱਚ ਹੈ ਜਿਹੜੇ ਇਲਾਕੇ ਨੇ ਲੋਕਾਂ ਨੂੰ ਮੁੱਖ ਮੰਤਰੀ ਤੱਕ ਬਣਾ ਦੇਣਾ। ਤੇਰੀ ਕਿਸਮਤ ਚੰਗੀ, ਕਿਤੇ ਤੂੰ ਦੁਆਬੇ ਜਾਂ ਮਾਝੇ 'ਚ ਨਹੀਂ ਸੀ, ਕਿਉਂਕਿ ਇਹਨਾਂ ਨੇ ਨਹੀਂ ਮੁੱਖ ਮੰਤਰੀ ਬਣਾਉਣੇ, ਆਪਦੇ ਕੰਮਾਂ 'ਚ ਬਿਜ਼ੀ ਆ, ਉਹਨਾਂ ਨੇ ਬਣਾਉਣਾ ਤੇਰੇ ਕੋਲ ਏਰੀਆ ਇਲਾਕਾ ਚੰਗਾ। ਸੋ ਕਿਤੇ ਇਧਰਲੇ ਪਾਸੇ ਤੋਂ ਤੇ ਕਾਂਗਰਸ ਛੱਡ ਦੇ, ਤੇਰੀ ਲੋਕ ਹੋਰ ਤੈਨੂੰ ਜ਼ਿਆਦਾ ਪਿਆਰ ਕਰਨਗੇ। ਇਸ ਦੇ ਬਾਰੇ ਆਪਣੇ ਵਿਚਾਰ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਨਾ। ਕਿ ਅਮਰ ਸਿੰਘ ਪਾਡਾ ਦੀ ਗੱਲ ਸਹੀ ਆ ਜਾਂ ਫਿਰ ਗਲਤਾ, ਇਹ ਵੀ ਕਮੈਂਟ ਕਰਕੇ ਜ਼ਰੂਰ ਜਾਇਓ, ਆਪਣੀ ਰਾਏ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਦਿਓ। ਬਾਕੀ ਕੱਲ੍ਹ ਦਾ ਇੱਕ ਮੁੱਦਾ ਭਖਿਆ ਹੋਇਆ ਹੈ ਦੋਸਤੋ, ਡਾਂਸਰ ਸਿਮਰ ਸੰਧੂ ਦਾ। ਜੀ ਹਾਂ ਦੋਸਤੋ, ਗੈਰੀ ਸੰਧੂ ਅਤੇ ਜੀ ਖਾਨ ਨੇ ਕਰ ਦਿੱਤੀ ਆ ਸਪੋਰਟ, ਕਿਹਾ ਰਿਸਪੈਕਟ ਆ ਕੁੜੀ ਦੇ ਲਈ। ਬਾਕੀ ਵੀਡੀਓ ਦੇਖੋ, ਡਿਸਕ੍ਰਿਪਸ਼ਨ ਅਤੇ ਫਸਟ ਕਮੈਂਟ 'ਚ ਇਸ ਵੀਡੀਓ ਦਾ ਲਿੰਕ ਆ, ਦੇਖਿਓ ਜ਼ਰੂਰ ਇਸ ਵੀਡੀਓ ਨੂੰ। ਧੰਨਵਾਦ।